ਚਲੇ ਬਈ ਕਮਲਾ ਬਣਾ ਕੋਈ ਨਹੀਂ ਦੋ ਸਿਮਟ ਵਾਲੀ ਗੱਡੀ ਹੈ ਹਾਂਜੀ ਸਰ, ਕੀ ਮਾਮਲਾ ਕੀ ਇੱਕ ਜਿਹੜਾ ਨੌਜਵਾਨ ਵੇਖਣ ਨੂੰ? ਮੈਂ ਐੱਸ ਆਈ ਨਿਰਮਲ ਸਿੰਘ ਥਾਣਾ ਸਿਟੀ ਫੁਗਾਲਾ ਤੈਨਾਤ ਆ। ਅੱਜ ਬਾਲਾਤਰ ਅਫਸਰਾਂ ਦੇ ਹੁਕਮ ਅਨੁਸਾਰ ਪੀ ਸੀ ਆਰ ਟੀਮ ਨੇ ਨਾਕਾ ਪ੍ਰੇਮਪੁਰਾ ਮਹੱਲਾ ਫੁਗਾਲਾ ਲਾਇਆ ਸੀਗਾ। ਉੱਥੋਂ ਮਹਿੰਦਰ ਸਿੰਘ ਅਤੇ ਤੀਰ ਸਿੰਘ ਨੇ ਫੋਨ ਕੀਤਾ ਵੀ ਇੱਕ ਜਿਹੜਾ ਨੌਜਵਾਨ ਆ ਉਹਦੇ ਕੋਲੋਂ ਪਿਸਟਲ ਬਰਾਮਦ ਹੋਇਆ, ਉਹਨੂੰ ਹੱਲਾ ਗੁੱਲਾ ਕੀਤਾ, ਮੁਲਾਜ਼ਮਾਂ ਦੇ ਗੱਲ ਪਿਆ, ਮੈਂ ਤਫਤੀਸ਼ੀ ਅਫਸਰ ਭੇਜਿਆ। ਉਹਦੇ ਕੋਲੋਂ ਇੱਕ ਪਿਸਟਲ, 6 ਜਿੰਦਾ ਰੌਂਦ, ਇੱਕ ਮੈਗਜ਼ੀਨ, ਕਾਲੇ ਸ਼ੀਸ਼ ਵਾਲੀ ਵੈਨਿਊ ਗੱਡੀ ਜਿਹਦਾ ਨੰਬਰ ਹੈਗਾ ਆ PB 36Z 2610, ਹੰਡਾਈ ਕੰਪਨੀ ਦੀ ਆ। ਸਰ ਵਿਅਕਤੀ ਦਾ ਕੁਛ ਪਤਾ ਚੱਲਾ ਕਿੱਥੇ ਦਾ ਰਹਿਣ ਵਾਲਾ? ਉਹ ਹੈਗਾ ਜੀ, ਉਹਦਾ ਨਾਂ ਹੈਗਾ ਸੰਨੀ, ਸਨ ਆਫ ਸ਼੍ਰੀ ਛਿੰਦਾ ਵਾਸੀ ਹੈਗਾ ਜਗਿੰਦਰ ਨਗਰ ਫੁਹਾੜਾ ਦਾ ਜੀ। ਅਤੇ ਸਰ ਕੀ ਕਾਰਵਾਈ ਵਗੈਰਾ ਕਰ ਰਹੇ? ਮੁਤਾਬਕ ਰੂਲ ਜੋ ਵੀ ਧਾਰਾ ਬਣਦੀ ਹੋਊਗੀ, ਉਹਨੂੰ ਮੁਲਾਜ਼ਮਾਂ ਹੱਥੀ ਪਿਆ, ਉਹਨਾਂ ਨੇ ਹੱਲਾ ਗੁੱਲਾ ਕੀਤਾ, ਸੱਟ ਲੱਗੀ ਆ ਮੁਲਾਜ਼ਮ ਦੇ, ਉਹਦੀ ਵਰਦੀ ਪਾਲੀ ਆ, ਜਿਹੜੀ ਵੀ ਧਾਰਾ ਬਣਦੀ ਹੋਊਗੀ ਕੋਈ ਗਰੇਜ਼ ਨਹੀਂ ਕੀਤਾ। ਜਿਹੜੇ ਮੁਲਾਜ਼ਮ ਉਹਨਾਂ ਦੇ ਨਾਮ ਵਗੈਰਾ ਵੇਖਦੇ ਕੀ ਹੈ ਜੀ? ਬਿਲਕੁਲ ਉਹ ਉੱਚ ਅਫਸਰਾਂ ਨੂੰ ਧਿਆਨ 'ਚ ਲਿਆਉਂਦਾ ਜਾਊਗਾ, ਉਹਨੇ ਸਿਫਾਰਿਸ਼ ਕਰਕੇ ਭੇਜੀ ਹੋਊਗੀ। ਅਤੇ ਨਾਮ ਵਗੈਰਾ ਹੈ ਜੀ ਜਿਹੜੇ ਜਿਹੜੇ? ਬਿਲਕੁਲ ਜੀ, ਰਿਕਮੈਂਡੇਸ਼ਨ ਕਰਾਂਗੇ ਉਹਨਾਂ ਵਾਸਤੇ ਜੀ, ਪੀ ਸੀ ਆਰ ਟੀਮ ਵਾਸਤੇ ਜੀ। ਉਹਨਾਂ ਦੇ ਨਾਂ ਕੀ ਹੈ ਜਿਹੜੇ ਆਪਣੇ ਮੁਲਾਜ਼ਮਾਂ ਦੇ ਨਾਂ ਕੀ ਹੈ ਜਿਹਨਾਂ ਦਾ? ਉਹ ਮਹਿੰਦਰ ਸਿੰਘ ਨੇ ਪੀ ਸੀ ਆਰ ਟੀਮ ਦੇ ਵਿੱਚ, ਤੀਰਥ ਸਿੰਘ ਨੇ, ਜੀਵਨ ਸਿੰਘ। ਅਤੇ ਨਾਕਾ ਸਰ ਕਿੱਥੇ ਕਿਹੜੇ ਦਰਾਂ? ਇਹ ਨਾਕਾ ਸੀਗਾ ਜੀ ਪ੍ਰੇਮ ਨਗਰ ਫੁਹਾੜਾ ਰੋਡ 'ਤੇ ਜੀ, ਜਗ੍ਹਾ ਬਦਲ ਬਦਲ ਕੇ ਨਾਕੇ ਲੱਗਦੇ ਆ ਬਾਲਾਤਰ ਅਫਸਰਾਂ ਦੇ ਹੁਕਮ ਸਾਹਿਬ।